ਸਰਦਾਰ ਦਾ ਦਿਲ ਟੁੱਟਿਆ ਕਦੇ? ਨਹੀਂ, ਐਵੇਂ ਬੋਲ ਰਹੇ ਨੇ? ਨਹੀਂ ਨਹੀਂ ਸੱਚੀ ਗੱਲ, ਇੰਨਾ ਤੁਸੀਂ ਯਾਰ ਲਿਖ ਲੈਂਦੇ, ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ। ਮੇਰੀ ਬਿਊਟੀ ਇਹ ਆ, ਮੈਨੂੰ ਜੇ ਕੋਈ ਕਿਸੇ ਨੇ ਖਿਤਾਬ ਦੇਣਾ ਹੋਇਆ ਜ਼ਿੰਦਗੀ 'ਚ ਕਿ ਮੈਂ ਕਿਸੇ ਦੇ ਦਰਦ ਨੂੰ ਐਗਜ਼ੈਕਟਲੀ ਫੀਲ ਕਰ ਲੈਂਦਾ, ਹੈ ਨਾ? ਹਾਂ, ਮਤਲਬ ਜੇ ਕੋਈ ਮੇਰੇ ਕੋਲ ਦੱਸਣ ਦੀ ਵੀ ਨਹੀਂ ਜ਼ਰੂਰਤ, ਮੈਂ ਅੱਖਾਂ ਪੜ੍ਹ ਲੈਂਦਾ। ਮਤਲਬ ਮੈਂ ਥੋੜ੍ਹਾ ਜਿਹਾ ਮਿਨਿਊਟ ਓਬਜ਼ਰਵਰ ਹੈਗਾ, ਸਟੇਜ 'ਤੇ ਬੈਠ ਕੇ ਮੈਨੂੰ ਬੜੇ ਲੋਕਾਂ ਦਾ ਪਤਾ ਲੱਗ ਜਾਂਦਾ, ਅਤੇ ਮੈਂ ਉਹੋ ਜਿਹਾ ਗੀਤ ਸ਼ੁਰੂ ਕਰ ਦਿੰਦਾ, ਉਹ ਰੋਣ ਲੱਗ ਜਾਂਦੇ ਆ, ਅਤੇ ਮੈਨੂੰ ਲੱਗਦਾ ਚਲੋ ਉਹਦਾ ਕਥਾਰਸਿਸ ਹੋ ਗਿਆ, ਉਹਨੇ ਨੋਸਟੈਲਜਿਕ ਫੀਲ ਕਰ ਲਿਆ। ਸਰਦਾਰ ਦਾ ਦਿਲ ਟੁੱਟਿਆ ਕਦੇ? ਨਹੀਂ, ਐਵੇਂ ਬੋਲ ਰਹੇ ਨੇ? ਨਹੀਂ ਨਹੀਂ ਸੱਚੀ ਗੱਲ, ਇੰਨਾ ਤੁਸੀਂ ਯਾਰ ਲਿਖ ਲੈਂਦੇ, ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ। ਮੇਰੀ ਬਿਊਟੀ ਇਹ ਆ, ਮੈਨੂੰ ਜੇ ਕੋਈ ਕਿਸੇ ਨੇ ਖਿਤਾਬ ਦੇਣਾ ਹੋਇਆ ਜ਼ਿੰਦਗੀ 'ਚ ਕਿ ਮੈਂ ਕਿਸੇ ਦੇ ਦਰਦ ਨੂੰ ਐਗਜ਼ੈਕਟਲੀ ਫੀਲ ਕਰ ਲੈਂਦਾ, ਹੈ ਨਾ? ਹਾਂ, ਮਤਲਬ ਜੇ ਕੋਈ ਮੇਰੇ ਕੋਲ ਦੱਸਣ ਦੀ ਵੀ ਨਹੀਂ ਜ਼ਰੂਰਤ, ਮੈਂ ਅੱਖਾਂ ਪੜ੍ਹ ਲੈਂਦਾ। ਮਤਲਬ ਮੈਂ ਥੋੜ੍ਹਾ ਜਿਹਾ ਮਿਨਿਊਟ ਓਬਜ਼ਰਵਰ ਹੈਗਾ, ਸਟੇਜ 'ਤੇ ਬੈਠ ਕੇ ਮੈਨੂੰ ਬੜੇ ਲੋਕਾਂ ਦਾ ਪਤਾ ਲੱਗ ਜਾਂਦਾ, ਅਤੇ ਮੈਂ ਉਹੋ ਜਿਹਾ ਗੀਤ ਸ਼ੁਰੂ ਕਰ ਦਿੰਦਾ, ਉਹ ਰੋਣ ਲੱਗ ਜਾਂਦੇ ਆ, ਅਤੇ ਮੈਨੂੰ ਲੱਗਦਾ ਚਲੋ ਉਹਦਾ ਕਥਾਰਸਿਸ ਹੋ ਗਿਆ, ਉਹਨੇ ਨੋਸਟੈਲਜਿਕ ਫੀਲ ਕਰ ਲਿਆ। ਸਰਦਾਰ ਦਾ ਦਿਲ ਟੁੱਟਿਆ ਕਦੇ? ਨਹੀਂ, ਐਵੇਂ ਬੋਲ ਰਹੇ ਨੇ? ਨਹੀਂ ਨਹੀਂ ਸੱਚੀ ਗੱਲ, ਇੰਨਾ ਤੁਸੀਂ ਯਾਰ ਲਿਖ ਲੈਂਦੇ, ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ। ਮੇਰੀ ਬਿਊਟੀ ਇਹ ਆ, ਮੈਨੂੰ ਜੇ ਕੋਈ ਕਿਸੇ ਨੇ ਖਿਤਾਬ ਦੇਣਾ ਹੋਇਆ ਜ਼ਿੰਦਗੀ 'ਚ ਕਿ ਮੈਂ ਕਿਸੇ ਦੇ ਦਰਦ ਨੂੰ ਐਗਜ਼ੈਕਟਲੀ ਫੀਲ ਕਰ ਲੈਂਦਾ, ਹੈ ਨਾ? ਹਾਂ, ਮਤਲਬ ਜੇ ਕੋਈ ਮੇਰੇ ਕੋਲ ਦੱਸਣ ਦੀ ਵੀ ਨਹੀਂ ਜ਼ਰੂਰਤ, ਮੈਂ ਅੱਖਾਂ ਪੜ੍ਹ ਲੈਂਦਾ। ਮਤਲਬ ਮੈਂ ਥੋੜ੍ਹਾ ਜਿਹਾ ਮਿਨਿਊਟ ਓਬਜ਼ਰਵਰ ਹੈਗਾ, ਸਟੇਜ 'ਤੇ ਬੈਠ ਕੇ ਮੈਨੂੰ ਬੜੇ ਲੋਕਾਂ ਦਾ ਪਤਾ ਲੱਗ ਜਾਂਦਾ, ਅਤੇ ਮੈਂ ਉਹੋ ਜਿਹਾ ਗੀਤ ਸ਼ੁਰੂ ਕਰ ਦਿੰਦਾ, ਉਹ ਰੋਣ ਲੱਗ ਜਾਂਦੇ ਆ, ਅਤੇ ਮੈਨੂੰ ਲੱਗਦਾ ਚਲੋ ਉਹਦਾ ਕਥਾਰਸਿਸ ਹੋ ਗਿਆ, ਉਹਨੇ ਨੋਸਟੈਲਜਿਕ ਫੀਲ ਕਰ ਲਿਆ। ਸਰਦਾਰ ਦਾ ਦਿਲ ਟੁੱਟਿਆ ਕਦੇ? ਨਹੀਂ, ਐਵੇਂ ਬੋਲ ਰਹੇ ਨੇ? ਨਹੀਂ ਨਹੀਂ ਸੱਚੀ ਗੱਲ, ਇੰਨਾ ਤੁਸੀਂ ਯਾਰ ਲਿਖ ਲੈਂਦੇ, ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ। ਮੇਰੀ ਬਿਊਟੀ ਇਹ ਆ, ਮੈਨੂੰ ਜੇ ਕੋਈ ਕਿਸੇ ਨੇ ਖਿਤਾਬ ਦੇਣਾ ਹੋਇਆ ਜ਼ਿੰਦਗੀ 'ਚ ਕਿ ਮੈਂ ਕਿਸੇ ਦੇ ਦਰਦ ਨੂੰ ਐਗਜ਼ੈਕਟਲੀ ਫੀਲ ਕਰ ਲੈਂਦਾ, ਹੈ ਨਾ? ਹਾਂ, ਮਤਲਬ ਜੇ ਕੋਈ ਮੇਰੇ ਕੋਲ ਦੱਸਣ ਦੀ ਵੀ ਨਹੀਂ ਜ਼ਰੂਰਤ, ਮੈਂ ਅੱਖਾਂ ਪੜ੍ਹ ਲੈਂਦਾ। ਮਤਲਬ ਮੈਂ ਥੋੜ੍ਹਾ ਜਿਹਾ ਮਿਨਿਊਟ ਓਬਜ਼ਰਵਰ ਹੈਗਾ, ਸਟੇਜ 'ਤੇ ਬੈਠ ਕੇ ਮੈਨੂੰ ਬੜੇ ਲੋਕਾਂ ਦਾ ਪਤਾ ਲੱਗ ਜਾਂਦਾ, ਅਤੇ ਮੈਂ ਉਹੋ ਜਿਹਾ ਗੀਤ ਸ਼ੁਰੂ ਕਰ ਦਿੰਦਾ, ਉਹ ਰੋਣ ਲੱਗ ਜਾਂਦੇ ਆ, ਅਤੇ ਮੈਨੂੰ ਲੱਗਦਾ ਚਲੋ ਉਹਦਾ ਕਥਾਰਸਿਸ ਹੋ ਗਿਆ, ਉਹਨੇ ਨੋਸਟੈਲਜਿਕ ਫੀਲ ਕਰ ਲਿਆ। ਸਰਦਾਰ ਦਾ ਦਿਲ ਟੁੱਟਿਆ ਕਦੇ? ਨਹੀਂ, ਐਵੇਂ ਬੋਲ ਰਹੇ ਨੇ? ਨਹੀਂ ਨਹੀਂ ਸੱਚੀ ਗੱਲ, ਇੰਨਾ ਤੁਸੀਂ ਯਾਰ ਲਿਖ ਲੈਂਦੇ, ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ। ਮੇਰੀ ਬਿਊਟੀ ਇਹ ਆ, ਮੈਨੂੰ ਜੇ ਕੋਈ ਕਿਸੇ ਨੇ ਖਿਤਾਬ ਦੇਣਾ ਹੋਇਆ ਜ਼ਿੰਦਗੀ 'ਚ ਕਿ ਮੈਂ ਕਿਸੇ ਦੇ ਦਰਦ ਨੂੰ ਐਗਜ਼ੈਕਟਲੀ ਫੀਲ ਕਰ ਲੈਂਦਾ, ਹੈ ਨਾ? ਹਾਂ, ਮਤਲਬ ਜੇ ਕੋਈ ਮੇਰੇ ਕੋਲ ਦੱਸਣ ਦੀ ਵੀ ਨਹੀਂ ਜ਼ਰੂਰਤ, ਮੈਂ ਅੱਖਾਂ ਪੜ੍ਹ ਲੈਂਦਾ। ਮਤਲਬ ਮੈਂ ਥੋੜ੍ਹਾ ਜਿਹਾ ਮਿਨਿਊਟ ਓਬਜ਼ਰਵਰ ਹੈਗਾ, ਸਟੇਜ 'ਤੇ ਬੈਠ ਕੇ ਮੈਨੂੰ ਬੜੇ ਲੋਕਾਂ ਦਾ ਪਤਾ ਲੱਗ ਜਾਂਦਾ, ਅਤੇ ਮੈਂ ਉਹੋ ਜਿਹਾ ਗੀਤ ਸ਼ੁਰੂ ਕਰ ਦਿੰਦਾ, ਉਹ ਰੋਣ ਲੱਗ ਜਾਂਦੇ ਆ, ਅਤੇ ਮੈਨੂੰ ਲੱਗਦਾ ਚਲੋ ਉਹਦਾ ਕਥਾਰਸਿਸ ਹੋ ਗਿਆ, ਉਹਨੇ ਨੋਸਟੈਲਜਿਕ ਫੀਲ ਕਰ ਲਿਆ। ਸਰਦਾਰ ਦਾ ਦਿਲ ਟੁੱਟਿਆ ਕਦੇ? ਨਹੀਂ, ਐਵੇਂ ਬੋਲ ਰਹੇ ਨੇ? ਨਹੀਂ ਨਹੀਂ ਸੱਚੀ ਗੱਲ, ਇੰਨਾ ਤੁਸੀਂ ਯਾਰ ਲਿਖ ਲੈਂਦੇ, ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ। ਮੇਰੀ ਬਿਊਟੀ ਇਹ ਆ, ਮੈਨੂੰ ਜੇ ਕੋਈ ਕਿਸੇ ਨੇ ਖਿਤਾਬ ਦੇਣਾ ਹੋਇਆ ਜ਼ਿੰਦਗੀ 'ਚ ਕਿ ਮੈਂ ਕਿਸੇ ਦੇ ਦਰਦ ਨੂੰ ਐਗਜ਼ੈਕਟਲੀ ਫੀਲ ਕਰ ਲੈਂਦਾ, ਹੈ ਨਾ? ਹਾਂ, ਮਤਲਬ ਜੇ ਕੋਈ ਮੇਰੇ ਕੋਲ ਦੱਸਣ ਦੀ ਵੀ ਨਹੀਂ ਜ਼ਰੂਰਤ, ਮੈਂ ਅੱਖਾਂ ਪੜ੍ਹ ਲੈਂਦਾ। ਮਤਲਬ ਮੈਂ ਥੋੜ੍ਹਾ ਜਿਹਾ ਮਿਨਿਊਟ ਓਬਜ਼ਰਵਰ ਹੈਗਾ, ਸਟੇਜ 'ਤੇ ਬੈਠ ਕੇ ਮੈਨੂੰ ਬੜੇ ਲੋਕਾਂ ਦਾ ਪਤਾ ਲੱਗ ਜਾਂਦਾ, ਅਤੇ ਮੈਂ ਉਹੋ ਜਿਹਾ ਗੀਤ ਸ਼ੁਰੂ ਕਰ ਦਿੰਦਾ, ਉਹ ਰੋਣ ਲੱਗ ਜਾਂਦੇ ਆ, ਅਤੇ ਮੈਨੂੰ ਲੱਗਦਾ ਚਲੋ ਉਹਦਾ ਕਥਾਰਸਿਸ ਹੋ ਗਿਆ, ਉਹਨੇ ਨੋਸਟੈਲਜਿਕ ਫੀਲ ਕਰ ਲਿਆ।